फतेहगढ़ साहिब के गांव मीरपुर में आज एक और विवाहिता दहेज की बलि चढ़ गई। मृतका के परिजनों ने आरोप लगाते हुए कहा कि उनकी लड़की को दहेज के कारण मारपीट करके मौत के घाट उतारा गया है। वहीं उन्होंने प्रशासन से ससुराल पक्ष के खिलाफ सख्त कार्यवाही की मांग की है और उन्होंने कहा कि अगर पुलिस ने कार्यवाही नहीं की तो सड़क जाम करके धरना दिया जाएगा। बेटी के ना जी मानूपुर दी साडी इत्थे मीरपुर ब्याही हुई सी, 4 साल हो गए, एक ओदे को बेटा भी है। जब तो ब्याही है जी, जब तो ये मुंडे वाले धमकियां देने लग गए भी साडा बाप पुलिस चा भी असी इनू एकने तंग करांगे। अच्छा। इन्होंने फिर दाज च मोटरसाइकिल मंगे, इन्होंने मोटरसाइकिल दिता, उसकी बाद चो हुण गड्डी की मांग करते सीगे। गड्डी देखो गरीब परिवार आ, इन्हां तो देरी होई ते उसकी बाद चो इन्होंने गुड़िया मारती, एक परसों मारी है रात को। ਉਹਨਾਂ ਦਾ ਗਲ ਘੁੱਟਿਆ ਹੋਇਆ ਜੀ, ਉਹਦੇ ਬੈਲਟਾਂ ਮਾਰੀ ਪਈਆਂ ਨੇ। ਹਾਂਜੀ, ਪਹਿਲਾਂ ਵੀ ਉੱਥੇ ਪੰਚਾਇਤ ਨੇ ਸਾਡੇ ਨੇ ਗੱਲਬਾਤ ਸਮਝਾਤੀ ਸੀ ਇਹਨਾਂ ਨੂੰ, ਬਾਬਾ ਸਮਝ ਗਿਆ ਸੀਗਾ। ਫਿਰ 2-10 ਕੁ ਦਿਨ ਰੁਕਿਆ, ਫਿਰ ਤੰਗ ਕਰਨਾ। 4 ਸਾਲ ਹੋ ਗਏ, ਇੱਕ ਬੇਟਾ ਜੀ। ਕੀ ਦਿੱਤੀ ਆ, ਕਹਿੰਦੇ ਵੀ ਦੇਖੋ, ਕਹਿੰਦੇ ਵੀ ਦਾਗ ਲਵਾਉਣਾ ਲਵਾ ਲਓ, ਨਹੀਂ ਕਹਿੰਦੇ ਵੱਧ ਤੋਂ ਵੱਧ ਸਾਨੂੰ ਸਜ਼ਾ ਹੀ ਹੋਊਗੀ। ਸਾਰੇ ਟੱਬਰ ਨੇ ਆਹੀ ਗੱਲ ਕਹੀ ਹੈ। 5 ਮੈਂਬਰ ਨੇ ਜੀ ਤੇ 2 ਭਰਾ ਨੇ, ਮਾਂ ਬਾਪ। ਅਸੀਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਉਹਨਾਂ ਦੇ ਪਰਚਾ ਕੀਤਾ ਜਾਵੇ, ਵੱਧ ਤੋਂ ਵੱਧ ਸਾਨੂੰ ਸਜ਼ਾ ਦਿਓ, ਧਰਨਾ ਲਾਵਾਂਗੇ। ਹਾਂ, ਅਸੀਂ ਵੀ ਧਰਨਾ ਲਾਵਾਂਗੇ, ਜਿਹੜੀ ਰੋਡ ਬੰਦ ਕਰ ਦੇਣਾ ਹੈ, ਜਾਮ ਲਾਵਾਂਗੇ, ਜਾਮ ਕਰ ਦੇ, ਜਿਹੜੀ ਰੋਡ ਤੇ ਲਾਵਾਂਗੇ ਧਰਨਾ। ਅਸੀਂ ਰੋਡ ਜਾਮ ਕਰਾਂਗੇ। ਸ਼ੁਰੂ ਤੋਂ ਹੀ ਇਹ ਕੁੜੀ ਨੂੰ ਤੰਗ ਕਰ ਰਹੇ ਨੇ, ਦਾਜ ਮੰਗ ਰਹੇ ਨੇ। ਅੱਛਾ, ਵੀ ਸਾਨੂੰ ਮੋਟਰਸਾਈਕਲ ਦਿਓ, ਵੀ ਸਾਡਾ ਬਾਪ ਕਹਿੰਦੇ ਪੁਲਿਸ ਚ ਮੋਟਰਸਾਈਕਲ ਦੇਤਾ ਸੀਗਾ। ਅਮਰੀਕ ਸਿੰਘ ਆ ਜੀ ਨਾ, ਪਿੰਡ ਮੀਰਪੁਰ, ਇਹ ਚੰਡੀਗੜ੍ਹ ਆ ਜੀ, ਡੀ ਆਈ ਜੀ ਦੇ ਥੱਲੇ ਕੰਮ ਕਰ ਰਿਹਾ, ਕਹਿੰਦਾ ਧਮਕੀਆਂ ਦੇ ਰਿਹਾ ਵੀ ਡੀ ਆਈ ਜੀ ਦੇ ਥੱਲੇ ਅਸੀਂ ਤੁਹਾਨੂੰ ਆਹ ਕਰ ਦਾਂਗੇ, ਆਹ ਕਰ ਦਾਂਗੇ ਜੀ। ਕੁੜੀ ਦੇ ਨਿਸ਼ਾਨ ਸਾਹਿਬ, ਕੁੜੀ ਦੇ ਨਿਸ਼ਾਨ ਸਾਹਿਬ ਨੇ ਗਲਾ ਦੱਬ ਕੇ ਇਹਨਾਂ ਨੇ ਪਹਿਲਾਂ ਕੁੱਟੀ ਮਾਰੀ, ਫਿਰ ਇਹਨਾਂ ਨੂੰ ਇਹਨਾਂ ਨੇ ਸਾਹ ਦੱਬ ਕੇ ਮਾਰਿਆ, ਹਨੇਰੇ ਦੇ ਵਿੱਚ ਅੰਦਰ ਪਈ ਰਹੀ ਕੁੜੀ। ਅੱਛਾ, ਹਾਂਜੀ, ਵੀ ਕੋਈ ਆ ਕੇ ਇਹਨੂੰ ਇਹਦੀ ਲਾਸ਼ ਨੂੰ ਕੋਈ ਵੀ ਦੇਖ ਨਾ ਲਵੇ, ਆਉਂਦੇ ਸਾਰੇ ਸੰਸਕਾਰ ਕਰ ਦਾਂਗੇ। ਵੀ ਦਮਾ ਦਮਾ ਲੱਕੜਾਂ ਸਾਡੇ ਆਉਂਦੇ ਨੂੰ ਲੱਕੜਾਂ ਵੀ ਤਿਆਰ ਕਰੀ ਫਿਰਦੇ ਸੀਗੇ। ਹਾਂ, 4 ਵਜੇ ਤੜਕੇ ਉਹ ਲੱਕੜਾਂ ਵੱਢ ਵੱਢ ਕੇ ਅੰਦਰ ਰੱਖ ਲਈਆਂ ਇਹਨਾਂ ਨੇ, ਵੀ ਆਉਂਦੇ ਸਾਰੇ ਹੀ ਇਹਨਾਂ ਸੰਸਕਾਰ ਕਰ ਦਾਂਗੇ। ਕੱਲ੍ਹ ਦੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ, ਕੱਲ੍ਹ ਦੀ ਕੋਈ ਪੁਲਿਸ ਉਹਨੂੰ ਨਾ ਮੁੰਡੇ ਨੂੰ ਕਦੇ ਉੱਧਰ ਪਜਾ ਦਿੰਦੇ ਨੇ, ਕਦੇ ਉੱਧਰ ਪਜਾ ਦਿੰਦੇ ਨੇ, ਕੋਈ ਉਹ ਤੋਂ ਜਾਣਕਾਰੀ ਲੈਂਦੇ ਨਹੀਂ। ਉਹ ਤੋਂ ਥੱਪੜ ਮਾਰ ਕੇ ਉਹ ਤੋਂ ਪੁੱਛਣ ਵੀ ਹਾਂ ਵੀ ਸਾਰਾ ਕੁਝ ਦੱਸੂਗਾ ਜੀ ਮੁੰਡਾ, ਉਹ ਬੰਦੇ ਤਾਂ ਬਿਨਾਂ ਹੀ ਕੱਟੇ ਨੇ, 4 ਸਾਲ ਹੀ ਬੁਲਾਉਂਦਾ ਨਹੀਂ ਸੀ, ਇਹਦਾ ਘਰ ਵਾਲਾ ਨੂੰ ਬਿਲਕੁਲ ਨਹੀਂ ਸੀ ਬੁਲਾਉਂਦਾ। 4 ਸਾਲ ਹੋ ਗਏ ਕੁੱਟ ਕੇ ਅੰਦਰ ਕਮਰੇ ਦੇ ਵਿੱਚ ਬਾੜੀ ਪਈ ਸੀ, ਉੱਥੇ ਕੋਈ ਨਹੀਂ ਸੀ ਬੈਠਾ। ਅਸੀਂ ਜਾ ਕੇ ਦੇਖੀ ਹੈ ਜੀ, ਕੱਪੜੇ ਉਹਦੇ ਅੱਡ ਦੇ, ਸਲਵਾਰ ਉਹਦੇ ਅੱਡ ਦੀ, ਕਮੀਜ਼ ਉਹਦੇ ਅੱਡ ਦੀ ਪਾਈ ਹੋਈ ਹੈ। ਰਾਤ ਨੂੰ ਐਨ ਵਧੀਆ ਗੱਲ ਕਰੀਏ, ਸਾਨੂੰ ਕੋਈ ਨਹੀਂ, ਸਾਨੂੰ ਰਾਤ ਨਾਲ ਸਾਰੇ ਟੱਬਰ ਨਾਲ ਗੱਲਾਂ ਕਰਾਤੀਆਂ ਸਾਡੇ ਨਾਲ, ਦਿਨ ਚੜ੍ਹਦੇ ਨੂੰ ਸਾਨੂੰ ਕੋਈ ਪਤਾ ਨਹੀਂ। ਸਾਨੂੰ 4 ਵਜੇ ਸੁਨੇਹਾ ਦਿੱਤਾ, ਅਸੀਂ ਲੈ ਕੇ ਚੱਲਿਆ, 10 ਮਿੰਟ ਬਾਅਦ ਕਹਿੰਦੇ ਡਾਕਟਰਾਂ ਨੇ ਮੋੜਤੀ, ਕਿਸੇ ਡਾਕਟਰ ਦੇ ਨਹੀਂ ਲੈ ਕੇ ਗਏ ਹੈਗੇ, ਉਹ ਰਾਹ 'ਚ ਹੀ ਮੋੜ ਲਏ। ਸਾਨੂੰ ਕਿਸੇ ਡਾਕਟਰ ਦਾ ਨਹੀਂ ਦੱਸਦੇ ਵੀ ਕਿੱਥੋਂ ਲੈ ਕੇ ਗਏ ਨੇ। ਸਾਨੂੰ ਬਸ ਸਾਡੀ ਕੁੜੀ ਦਾ ਇਨਸਾਫ ਚਾਹੀਦਾ, ਕਿਸੇ ਬਗਾਨੀ ਧੀ ਦੇ ਨਾਲ, ਕਿਸੇ ਹੋਰ ਦੇ ਨਾਲ ਹੋ ਸਕੇ, ਕਿਉਂਕਿ ਸਾਰਿਆਂ ਦੇ ਵਿੱਚ ਅਸੀਂ ਤਾਂ ਹੁਣ ਸਾਰਾ ਪਿੰਡ ਇਕੱਠ ਹੋ ਕੇ ਆਇਆ, ਸਾਡੇ ਕੱਲ੍ਹ ਦੀ ਕਿਸੇ ਨੇ ਸੁਣਵਾਈ ਨਹੀਂ ਕੀਤੀ, ਕਿਉਂ ਨਹੀਂ ਕੀਤੀ ਹੈਗੀ, ਕਿਉਂਕਿ ਹਰ ਇੱਕ ਧੀ ਸਾਰਿਆਂ ਦੀ ਸਾਂਝੀ ਹੁੰਦੀ ਆ, ਸਾਂਝੀ ਹੁੰਦੀ ਆ, ਕਿਉਂ ਨਹੀਂ ਸੁਣਵਾਈ ਹੋਈ ਹੈਗੀ ਸਾਡੀ। ਕੱਲ ਨੂੰ ਆ ਇਹਨਾਂ ਦੀਆਂ ਧੀਆਂ ਦੇ ਨਾਲ ਅਗਰ ਹੋਵੇ ਫਿਰ ਕੀ ਕਰਨਗੇ, ਇਹ ਇੱਦਾਂ ਹੀ ਲਾਸ਼ ਰੱਖਣਗੇ। ਮੇਰੀ ਧੀ ਨੂੰ ਪੁੱਛਦਾ ਨਹੀਂ ਤਾਂ ਹੈਗਾ, ਮੈਂ ਬਹੁਤ ਵਾਰ ਕਿਹਾ ਵੀ ਸਰਦਾਰ ਨੀ ਤੇਰੇ ਮੁੰਡੇ ਨੂੰ ਕਹਿ ਦੇ ਮੇਰੇ ਨਾਲ ਫੈਸਲਾ ਕਰ ਲਵੇ, ਮੇਰੀ ਧੀ ਨੂੰ ਨੀ ਪੁੱਛਦਾ। ਸੱਸ ਸਹੁਰਾ ਲਪੇਟੇ ਦੇਈ ਗਏ ਨੇ, ਲਪੇਟੇ ਦੇਈ ਗਏ ਨੇ ਮੇਰੀ ਧੀ ਵੀ 10-4 ਸਾਲਾਂ ਦੇ ਵਿੱਚ ਕਦੇ ਲੈਣ ਨਹੀਂ ਆਇਆ ਕੁੜੀ ਨੂੰ, ਤਾਂ ਅਸੀਂ ਆਪੇ ਲੈ ਕੇ ਆਏ ਤੇ ਆਪੇ ਛੱਡ ਕੇ ਆਉਂਦੇ ਰਹੇ, ਆਪੇ ਛੱਡ ਕੇ ਆਉਂਦੇ ਸੀ। ਮੁੰਡੇ ਨੂੰ ਵੀ ਨਹੀਂ ਪੁੱਛਦਾ ਪੂਰਾ ਭਾਰ ਮੁੰਡੇ ਕਰਕੇ, ਅਸੀਂ ਕਹਿੰਦੇ ਮੇਰੀ ਧੀ ਨੇ, ਮੈਂ ਕਹਿੰਦੀ ਦੀਦੀ ਮੈਂ ਕੱਟੂੰਗੀ ਕੋਈ ਨਾ, ਆ ਮੇਰੀ ਧੀ ਨਾਲ ਕਹਿੰਦੇ ਮੇਰੀ ਧੀ ਸਾਨੂੰ ਤਾਂ
दो चपेड़ा मार दे कली कली गल मुंडा दस दिंदा ਮੁਲਾਜ਼ਮ ਦੀ ਪੱਖ ਪੂਰੀ ਆ ਗਈ ਅਸੀਂ ਜੱਜ ਥਾਣੇ ਦੇ ਵਿੱਚ ਗਏ ਜੀ ਜਦੇ ਫੋਨ ਆ ਗਏ ਉਹਨਾਂ ਨੂੰ।